ਅਸੀਂ ਡਿਪਟੀ ਕਮਿਸ਼ਨਰ ਅੰਮ੍ਰਿਤਸਰ ਨੂੰ 3 ਯਾਦ ਪੱਤਰ ਦਿੱਤੇ ਆ। ਇੱਕ ਤਾਂ ਜਿਹੜਾ ਕਿਸਾਨਾਂ ਦੇ ਉੱਤੇ ਜ਼ੁਲਮ ਹੋ ਰਿਹਾ ਇਹ ਹੱਦ ਟੱਪ ਗਿਆ। ਟਰੈਕਟਰਾਂ ਦੇ ਉੱਤੇ ਫਰਾਂਸ ਦੇ ਵਿੱਚ ਵੀ ਮੋਰਚੇ ਲੱਗੇ ਹੈ। ਫਰਾਂਸ ਦੀ ਰਾਜਧਾਨੀ ਪੈਰਿਸ ਦੇ ਵਿੱਚ ਵੀ ਕਿਸਾਨਾਂ ਨੇ ਟਰੈਕਟਰ ਲੈ ਕੇ ਗਏ ਹੈ। ਇੱਥੇ ਪਤਾ ਨਹੀਂ ਕਿਉਂ ਇਹੋ ਜਿਹੀ ਤੰਗੀ ਹਕੂਮਤ ਨੂੰ ਹੈ ਕਿ ਅਸੀਂ ਸਿੱਖ ਹੈ ਤਾਂ ਹੈ, ਕਿਉਂ ਕਰਕੇ ਸਬੂਤ ਮੇਰੇ ਕੋਲ ਇਹ ਹੈ ਕਿ ਨਰਿੰਦਰ ਮੋਦੀ ਦੀ ਕੈਬਨਿਟ ਦੇ ਵਿੱਚ ਕੋਈ ਸਿੱਖ ਵਜ਼ੀਰ ਨਹੀਂ ਹੈ, ਕੈਬਨਿਟ ਮਿਨਿਸਟਰ। ਸੁਪਰੀਮ ਕੋਰਟ ਦੇ ਵਿੱਚ ਕੋਈ ਸਿੱਖ ਜੱਜ ਨਹੀਂ ਹੈ। ਸਾਰੇ ਚੀਫ ਜਸਟਿਸ ਜਿੰਨੇ ਵੀ ਸੂਬਿਆਂ ਦੇ ਹੈ ਉਹਨਾਂ ਵਿੱਚੋਂ ਕੋਈ ਸਿੱਖ ਨਹੀਂ ਹੈ। ਨੇਵੀ, ਏਅਰਫੋਰਸ ਅਤੇ ਆਰਮੀ ਦੇ ਵਿੱਚ ਕੋਈ ਸਿੱਖ ਜਰਨੈਲ ਸਾਨੂੰ ਦਿਖਦਾ ਨਹੀਂ ਹੈ। ਸਾਡੀ ਪਾਰਲੀਮੈਂਟ ਦੇ ਵਿੱਚ ਛੋਟੇ ਤੋਂ ਉੱਤਰ ਤੱਕ ਕੋਈ ਵੀ ਸਿੱਖ ਸਾਨੂੰ ਦਿਖਦਾ ਨਹੀਂ ਹੈ। ਮੇਰਾ ਮਤਲਬ ਹੈ ਕਿ ਇਹ ਸਿੱਖ ਕਿੱਥੇ ਜਾਣਗੇ? ਫਿਰ ਇਹ ਜਿਹੜਾ ਮੋਰਚਾ ਲੱਗਿਆ ਹੋਇਆ ਇਹਦਾ ਖਤਰਾ ਹੈ ਕਿ ਇਹ ਬਾਰਡਰ ਨਾਲ ਟੱਪ ਜਾਵੇ ਇੰਟਰਨੈਸ਼ਨਲ, ਅਤੇ ਇਸ ਨੂੰ ਸਿੱਧੀ ਤਰ੍ਹਾਂ ਤੈਅ ਕੀਤਾ ਜਾਵੇ। ਔਰ ਆਰਟੀਕਲ 14 ਦੇ ਮੁਤਾਬਕ ਸਾਰੇ ਸ਼ਹਿਰੀ ਇੱਕੋ ਹੈ, ਅਤੇ ਜੇ ਦਿੱਲੀ ਦੇ ਵਿੱਚ ਹੋਰ ਮੁਜ਼ਾਹਰੇ ਹੋ ਰਹੇ ਹੈ ਤਾਂ ਫਿਰ ਕਿਸਾਨਾਂ ਦਾ ਮੁਜ਼ਾਹਰਾ ਕਿਉਂ ਨਹੀਂ ਹੋ ਸਕਦਾ ਹੈਗਾ? ਅਤੇ ਫਿਰ ਪਾਰਲੀਮੈਂਟ ਬਣਾਈ ਜਾ ਸਕਦੀ ਹੈ? ਅਜੇ ਭੰਗ ਤਾਂ ਕੀਤੀ ਨਹੀਂ, ਅਜੇ ਤਾਂ ਉਸ ਨੂੰ ਸਿਰਫ ਮੁਅੱਤਲ ਕੀਤਾ। ਜਿਹੜੀ ਚੀਜ਼ ਮੁਅੱਤਲ ਕੀਤੀ ਹੋਵੇ ਉਹ ਸੁਰਜੀਤ ਹੋ ਜਾਂਦੀ ਹੈ। ਜਦੋਂ ਭੰਗ ਹੀ ਨਹੀਂ ਹੋਈ ਪਾਰਲੀਮੈਂਟ ਹੁਣ ਬੁਲਾਈ ਜਾ ਸਕਦੀ ਹੈ ਅਤੇ ਆਪਣੇ ਕਾਨੂੰਨ ਇਹਨਾਂ ਦੇ ਪਾਸ ਕਰਨ। ਇੱਕ ਤਾਂ ਜਿਹੜੇ ਕਰਜ਼ਈ ਹੈਗੇ ਆ ਕਿਸਾਨ, ਜਿਵੇਂ 1947 ਤੋਂ ਪਹਿਲਾਂ ਪੰਜਾਬ ਦੀ ਗੌਰਮੈਂਟ ਦੇ ਖੇਤੀਬਾੜੀ ਵਜ਼ੀਰ ਸਰ ਛੋਟੂ ਰਾਮ ਨੇ ਡੀਕ ਮਾਰਤੀ ਸੀ ਸਾਰੇ ਕਿਸਾਨਾਂ ਦੇ ਕਰਜ਼ਿਆਂ ਦੇ ਉੱਤੇ, ਇਸ ਤਰ੍ਹਾਂ ਅਸੀਂ ਚਾਹੁੰਦੇ ਹਾਂ ਕਿ ਡੀਕ ਵੱਜੇ ਸਾਰੇ ਕਿਸਾਨਾਂ ਦੇ ਕਰਜ਼ਿਆਂ ਦੇ ਉੱਤੇ, ਮੁਆਵਜ਼ਾ ਦਿੱਤਾ ਜਾਏ ਜਿਨ੍ਹਾਂ ਨੇ ਖੁਦਕੁਸ਼ੀ ਕੀਤੀ ਹੈ, MSP ਲਾਗੂ ਕੀਤਾ ਜਾਵੇ, ਸਵਾਮੀਨਾਥਨ ਰਿਪੋਰਟ ਲਾਗੂ ਕੀਤੀ ਜਾਵੇ। ਇਹ ਬਹੁਤੀਆਂ ਵੱਡੀਆਂ ਗੱਲੀਆਂ ਨਹੀਂ ਹੈ। ਜਿਹੜੇ ਵੱਡੇ ਵੱਡੇ ਸ਼ਾਹੂਕਾਰ ਹੈ ਅੰਬਾਨੀ ਸ਼ਾਣੀ ਵਰਗੇ, ਉਹਨਾਂ ਦੇ ਕਰੋੜਾਂ ਅਰਬਾਂ ਰੁਪਇਆਂ ਦੇ ਜਿਹੜੇ ਕਰਜ਼ੇ ਉਹ ਮਾਫ਼ ਕੀਤੇ ਗਏ ਹੈ, ਅਤੇ ਜੇ ਇਹਨਾਂ ਠੱਗਾਂ ਦੇ ਹੋ ਸਕਦੇ ਹੈ ਤਾਂ ਫਿਰ ਜਿਹੜਾ ਸਾਨੂੰ ਅੰਨ ਦਿੰਦਾ, ਲਾਲ ਬਹਾਦਰ ਸ਼ਾਸਤਰੀ ਪ੍ਰਾਈਮ ਮਿਨਿਸਟਰ ਹੋਏ ਆ ਇੰਡੀਆ ਦਾ, ਉਹਦਾ ਨਾਰਾ ਸੀ ਜੈ ਜਵਾਨ ਜੈ ਕਿਸਾਨ। ਅਤੇ ਇੱਥੇ ਤਾਂ BJP ਦੇ ਥੱਲੇ ਇਹ ਪਾਰਟੀ ਹੈਗੀ ਹੈ ਦੁਕਾਨਦਾਰਾਂ ਦੀ, ਨਫ਼ੇ ਕਰਨ ਵਾਲਿਆਂ ਦੀ, ਲੁਟੇਰਿਆਂ ਦੀ। ਇਸ ਨੂੰ ਕੋਈ ਜ਼ਿਮੀਂਦਾਰੀ ਦੇ ਉੱਤੇ, ਖੇਤ ਮਜ਼ਦੂਰ ਦੇ ਉੱਤੇ ਕੋਈ ਧਿਆਨ ਨਹੀਂ ਹੈ। ਅਸੀਂ ਚਾਹੁੰਦੇ ਹਾਂ ਕਿ ਪਾਕਿਸਤਾਨ ਦਾ ਬਾਰਡਰ ਇੱਥੋਂ ਅੰਮ੍ਰਿਤਸਰ ਤੋਂ ਖੁੱਲ੍ਹੇ, ਜਿਹਦੇ ਨਾਲ ਸਾਡਾ ਵਪਾਰ ਪਾਕਿਸਤਾਨ ਅਤੇ ਵੈਸਟ ਏਸ਼ੀਆ, ਚੀਨ ਅਤੇ ਰੂਸ ਦੇ ਨਾਲ ਹੋਵੇ, ਇਰਾਨ ਤੱਕ, ਜਿੱਥੇ ਸਾਡੀਆਂ ਜਿਨਸਾਂ ਦੀਆਂ ਕੀਮਤਾਂ ਬਹੁਤ ਚੰਗੀ ਤਰ੍ਹਾਂ ਪੈਂਦੀਆਂ। ਅੱਜ ਪਾਕਿਸਤਾਨ ਦੇ ਵਿੱਚ ਤੋਟ ਹੈ ਕਣਕ ਦੀ,
ਤੇ ਪਾਕਿਸਤਾਨ ਮੰਗਾ ਰਿਹਾ ਕਣਕ ਰੂਸ ਤੋਂ। ਤਾਂ ਮੇਰਾ ਮਤਲਬ ਹੈ ਕਿ ਜਦੋਂ ਸਾਡੇ ਨਾਲ ਵੱਟ ਨਾਲ ਵੱਟ ਲੱਗਦੀ ਹੈ, ਅਸੀਂ ਤਾਂ ਭਰੀਆਂ ਸਿੱਟ ਸਕਦੇ ਹਾਂ ਦੂਜੇ ਪਾਸੇ। ਸਾਡੇ ਨਾਲ ਕਿਉਂ ਇਸ ਤਰ੍ਹਾਂ ਦਾ ਵਿਹਾਰ ਕੀਤਾ ਜਾ ਰਿਹਾ ਇਹ ਮੋਦੀ ਬੀਜੇਪੀ ਆਰ ਐੱਸ ਐੱਸ ਸਰਕਾਰ ਨੇ? ਇਹ ਉਹੋ ਜਿਹੇ ਹਾਲਾਤ ਪੈਦਾ ਹੋ ਗਏ ਹੈ ਜਿਹੋ ਜਿਹੇ ਬੰਗਲਾਦੇਸ਼ ਦੇ ਵਿੱਚ ਸੀਗੇ, ਜਦੋਂ ਰਹਿਮਾਨ ਨੇ ਪਾਰਲੀਮੈਂਟ ਦੇ ਵਿੱਚ ਸੀਟਾਂ ਜਿੱਤ ਲਈਆਂ ਸੀਗੀਆਂ, ਬੰਗਾਲ ਦੀਆਂ ਸੀਟਾਂ ਜ਼ਿਆਦਾ ਸੀਗੀਆਂ, ਅਤੇ ਉਸ ਨੂੰ ਪ੍ਰਾਈਮ ਮਿਨਿਸਟਰ ਬਣਾਉਣਾ ਸੀਗਾ। ਪਰ ਪੰਜਾਬ ਦੇ ਜਿਹੜੇ ਜ਼ਿੰਮੇਵਾਰ ਅਫਸਰ ਸੀ ਉਹਨਾਂ ਨੇ ਰਹਿਮਾਨ ਦੀ ਸਰਕਾਰ ਨਹੀਂ ਬਣਾਉਣ ਦਿੱਤੀ। ਰਹਿਮਾਨ ਨੇ ਕਿਹਾ ਫਿਰ ਅਸੀਂ ਟੁੱਟਦੇ ਹਾਂ। ਕੀ ਹਿੰਦੁਸਤਾਨ ਹੁਣ ਚਾਹੁੰਦਾ ਕਿ ਅਸੀਂ ਟੁੱਟਣ ਦੀ ਇਹ ਕੌਲ ਦੇਈਏ? ਤੋੜਨ ਦੀ ਕੌਲ ਤਾਂ ਦੇ ਹੀ ਦਿੱਤੀ ਹੈ ਜਿਹੜਾ ਬੈਰੀਅਰ ਲਾਤਾ ਹੈ। ਹੁਣ ਮੇਰਾ ਮਤਲਬ ਹੈ ਪੰਜਾਬ, ਜੰਮੂ ਕਸ਼ਮੀਰ, ਲੱਦਾਖ, ਹਿਮਾਚਲ ਦੇ ਦੋ ਜ਼ਿਲ੍ਹੇ ਚੰਬਾ ਅਤੇ ਕਾਂਗੜਾ ਅਤੇ ਊਨਾ, ਇਹ ਹਿੰਦੁਸਤਾਨ ਦੇ ਨਕਸ਼ੇ ਤੋਂ ਕੱਟੇ ਗਏ ਆ। ਅਤੇ ਜੇ ਇਹ ਜੇ ਮੋਦੀ ਸਾਹਿਬ ਦੀ ਚੱਲਦੀ ਰਹੀ ਤਾਂ ਇਹ ਕਹਿੰਦੇ ਆ ਕਿ ਅਸੀਂ ਤੀਜੀ ਵਾਰੀ ਪ੍ਰਾਈਮ ਮਿਨਿਸਟਰ ਬਣਨਾ, ਇਹਨਾਂ ਨੂੰ ਕੁਛ ਦੇਣਾ ਨਾ ਪੈ ਜੇ। ਮੈਂ ਤਾਂ ਇਹ ਕਹਿੰਦਾ ਸਿੱਖਾਂ ਨੂੰ ਬਾਹਰ ਦੇ ਮੁਲਕਾਂ ਦੇ ਵਿੱਚ ਸਾਡੀਆਂ ਇੰਟੈਲੀਜੈਂਸ ਏਜੰਸੀ ਕਤਲ ਕਰੀ ਜਾ ਰਹੀ ਹੈ। ਕੈਨੇਡਾ ਦੇ ਵਿੱਚ ਹਰਦੀਪ ਸਿੰਘ ਨਿੱਜਰ ਨੂੰ ਕਰਤਾ, ਰਿਪੂ ਦਮਨ ਸਿੰਘ ਮਲਿਕ ਨੂੰ ਕਰਤਾ, ਸੁਖਦੂਲ ਸਿੰਘ ਨੂੰ ਕਰਤਾ, ਬਰਤਾਨੀਆ ਦੇ ਵਿੱਚ ਖੰਡੇ ਨੂੰ ਕਰਤਾ, ਪਾਕਿਸਤਾਨ ਦੇ ਵਿੱਚ ਪਰਮਜੀਤ ਸਿੰਘ ਪੰਜਵੜ ਨੂੰ ਕਰਤਾ, ਰੋਡੇ ਨੂੰ ਕਰਤਾ, ਹਰਿਆਣੇ ਦੇ ਵਿੱਚ ਦੀਪ ਸਿੰਘ ਸਿੱਧੂ ਨੂੰ ਕਰਤਾ, ਪੰਜਾਬ ਦੇ ਵਿੱਚ ਮੂਸੇਵਾਲ ਨੂੰ ਕਰਤਾ। ਇਹ ਬਿਲਕੁਲ ਅਸੀਂ ਬਰਦਾਸ਼ਤ ਨਹੀਂ ਕਰਾਂਗੇ ਇਹੋ ਜਿਹੀ ਚੀਜ਼। ਅਤੇ ਅਮਰੀਕਾ ਨੇ ਇਹ ਮੁਲਜ਼ਮ ਫੜ ਲਏ ਹੈ, ਜਿਸ ਮੁਲਜ਼ਮਾਂ ਨੇ ਪੰਨੂ ਨੂੰ ਕਤਲ ਕਰਨਾ ਸੀ ਅਮਰੀਕਾ ਦੇ ਵਿੱਚ, ਉਹ ਅਮਰੀਕਾ ਨੇ ਸਾਰੀ ਜਾਂਚ ਕਰ ਲਈ ਹੈ। ਅਤੇ ਅਮਰੀਕਾ ਨੇ ਬਿਲਕੁਲ ਇਹਨਾਂ ਨੂੰ ਨਹੀਂ ਛੱਡਣਾ ਜਿੰਨਾ ਚਿਰ ਦੋਸ਼ੀਆਂ ਨੂੰ ਅਮਰੀਕਾ ਦੇ ਹਵਾਲੇ ਨਹੀਂ ਕਰਦੇ ਹੈਗੇ। ਕਿਸਾਨ ਵੀ ਸ਼ਹੀਦ ਕਰ ਦਿੱਤੇ ਹੈ, ਇੱਕ ਗੁਰਦਾਸਪੁਰ ਦਾ ਹੈ, ਇੱਕ ਉੱਧਰ ਮਾਲਵੇ ਦਾ ਹੈਗਾ, ਔਰ ਡੱਲੇਵਾਲ ਨੂੰ ਵੀ ਹੋਸਪਿਟਲ ਦੇ ਵਿੱਚ ਰੱਖਿਆ ਹੋਇਆ, ਇੱਕ ਨੂੰ ਸਿਰ ਦੇ ਉੱਤੇ ਸੱਟ ਲੱਗੀ ਹੈ, ਉਸ ਨੂੰ ਪੀ ਜੀ ਆਈ ਭੇਜਿਆ ਹੋਇਆ, ਬਾਕੀ ਸਾਰੇ ਰਜਿੰਦਰਾ ਹੋਸਪਿਟਲ ਦੇ ਵਿੱਚ ਹੈ ਜਿੱਥੇ ਮੈਂ ਮਿਲ ਕੇ ਆਇਆ ਸਾਰਿਆਂ ਨੂੰ। ਇਹੋ ਜਿਹਾ ਜਬਰ ਨਹੀਂ ਚੱਲ ਸਕਦਾ। ਸਿੱਖ ਮੋਦੀ ਸਾਹਿਬ ਕਦੇ ਨਹੀਂ ਡਰਦਾ ਮਰਨ ਤੋਂ, ਅਸੀਂ ਹੈਗੇ ਹਾਂ ਇੱਜ਼ਤਦਾਰ ਇਨਸਾਨ, ਅਸੀਂ ਆਪਣੀ ਇੱਜ਼ਤ ਦੇ ਲਈ ਮਰ ਸਕਦੇ ਹਾਂ, ਪਰ ਅਸੀਂ ਲੇਲੜੀ ਨਹੀਂ ਕੱਢਣੀਆਂ ਤੁਹਾਡੇ ਕੋਲ। ਅਤੇ ਤੁਸੀਂ ਬੰਦੇ ਬਣ ਕੇ ਸਾਡੀ ਗੱਲ ਸੁਣੋ ਔਰ ਇਨਸਾਫ ਦਿਓ, ਅਤੇ ਅਸੀਂ ਆਪਣਾ ਕੰਮ ਸ਼ੁਰੂ ਕਰੀਏ। ਮਾਨ ਸਾਹਿਬ, ਇੱਕ ਕਿਸਾਨ ਸ਼ਹੀਦ ਹੋ ਗਿਆ ਨੌਜਵਾਨ, ਇੱਕ ਕਿਸਾਨ ਨੌਜਵਾਨ ਸ਼ਹੀਦ ਹੋ ਗਿਆ, ਉਹਦੇ ਬਾਰੇ ਕੀ ਕਹਿਣਾ ਚਾਹੋਗੇ? ਮੈਂ ਕਹਿ ਤਾਂ ਦਿੱਤਾ ਕਿ ਇਹ ਸਾਡੇ ਮਾਲਵੇ ਦਾ ਇੱਕ ਹੋਇਆ, ਇੱਕ ਗੁਰਦਾਸਪੁਰ ਦਾ ਹੋਇਆ, ਡੱਲੇਵਾਲ ਸਾਹਿਬ ਹੋਸਪਿਟਲ ਦੇ ਵਿੱਚ ਹੈਗੇ ਹੈ, ਫਿਰ ਇੱਕ ਪੀ ਜੀ ਆਈ ਦੇ ਵਿੱਚ ਚਲੇ ਗਿਆ, ਉਹਦੇ ਸਿਰ ਦੇ ਉੱਤੇ ਸੱਟ ਲੱਗੀ ਹੈ, ਪੁਲਿਸ ਨੇ ਉਹਨਾਂ ਦੀਆਂ ਮੋਟਰਾਂ ਤੋੜਤੀਆਂ, ਟਰੈਕਟਰ ਤੋੜਤੇ ਹੈ, ਉਹਦਾ ਜ਼ਿੰਮੇਵਾਰ ਕੌਣ ਹੋਊਗਾ? ਇਹੋ ਜਿਹੀ ਹਨੇਰ ਗਲਤੀ ਇੱਥੇ ਪਾਈ ਹੋਈ ਹੈ, ਇਹ ਤਾਂ ਜੰਗ ਦਾ ਇਹ ਮਾਹੌਲ ਬਣਾ ਦਿੱਤਾ।
ਚੀਨ ਦੇ ਨਾਲ ਗੱਲ ਨਹੀਂ ਕਰਦੇ ਹੈਗੇ। 1962 ਦੇ ਵਿੱਚ 40,000 ਸਕੁਏਅਰ ਕਿਲੋਮੀਟਰ ਚੀਨ ਨੂੰ ਲਟਾਤਾ। 2020 ਦੇ ਵਿੱਚ 8,000 ਕਿਲੋਮੀਟਰ ਹੋਰ ਚੀਨ ਨੂੰ ਲਟਾਤਾ। ਜਿੱਥੇ ਹੱਥ ਪਾਉਣਾ ਚਾਹੀਦਾ ਉੱਥੇ ਪੈਂਦਾ ਨਹੀਂ। ਬੇਹਥਿਆਰੇ ਸਿੱਖ ਜ਼ਿਮੀਂਦਾਰਾਂ ਦੇ ਉੱਤੇ ਪਾਈ ਫਿਰਦੇ ਆ ਅਤੇ ਸਿੱਖ ਇੱਡੀ ਛੇਤੀ ਨਹੀਂ ਡਰਦੇ ਹੈਗੇ। ਬਸ ਠੀਕ ਹੈ।